ਇੱਕ ਬਜ਼ੁਰਗ ਵਿਅਕਤੀ ਦੇ ਕੋਲੋਂ ਸਰੇ ਬਾਜ਼ਾਰ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 4 ਦੇ ਕਰੀਬ ਇਹ ਲੁਟੇਰੇ ਆਏ ਸੀ, ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਇੱਕ ਬਜ਼ੁਰਗ ਵਿਅਕਤੀ ਨੂੰ ਗੱਲਾਂ ਦੇ ਵਿੱਚ ਲਾਇਆ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਉਸਦੇ ਹੱਥਾਂ ਦੇ ਵਿੱਚ ਜੋ ਸੋਨੇ ਦੀ 1 ਤੋਲੇ ਦੀ ਮੁੰਦਰੀ ਪਾਈ ਹੁੰਦੀ ਹੈ ਉਸਨੂੰ ਖੋ ਕੇ ਫਰਾਰ ਹੋ ਜਾਂਦੇ ਨੇ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਬਜ਼ੁਰਗ ਵਿਅਕਤੀ ਇੱਕ ਰੇਹੜੀ ਦੇ ਉੱਤੇ ਕਿਹਾ ਜਾ ਰਿਹਾ ਕਿ ਸਬਜ਼ੀ ਖਰੀਦਣ ਦੇ ਲਈ ਪਹੁੰਚਦਾ ਹੈ, ਉੱਥੇ 4 ਦੇ ਕਰੀਬ ਇਹ ਲੁਟੇਰੇ ਆਉਂਦੇ ਨੇ। ਬਜ਼ੁਰਗ ਵਿਅਕਤੀ ਨੂੰ ਪਹਿਲਾਂ ਤਾਂ ਗੱਲਾਂ ਦੇ ਵਿੱਚ ਲਾਇਆ ਜਾਂਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਉਸਦੇ ਹੱਥਾਂ ਦੇ ਵਿੱਚ ਪਾਈ ਮੁੰਦਰੀ ਬਾਰੇ ਪੁੱਛਿਆ ਜਾਂਦਾ ਕਿ ਇਹ ਸੋਨੇ ਦੀ ਹੈ। ਤਾਂ ਜਿਵੇਂ ਹੀ ਬਜ਼ੁਰਗ ਵਿਅਕਤੀ ਇਸ ਨੂੰ ਸੋਨੇ ਦੀ ਦੱਸਦਾ ਹੈ ਤਾਂ ਉਹ ਇਸ ਮੁੰਦਰੀ ਨੂੰ ਦੇਖਣਾ ਚਾਹੁੰਦੇ ਨੇ, ਬਜ਼ੁਰਗ ਦੇ ਹੱਥਾਂ ਦੇ ਵਿੱਚੋਂ ਖੁਲਵਾ ਲੈਂਦੇ ਨੇ ਅਤੇ ਦੇਖਣ ਲੱਗਦੇ ਨੇ। ਪਰ ਇੰਨੇ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਇੱਕ ਲੁਟੇਰਾ ਬਾਈਕ ਨੂੰ ਸਟਾਰਟ ਕਰਕੇ ਖੜਾ ਹੁੰਦਾ ਹੈ ਅਤੇ ਦੂਸਰਾ ਉਸਦੇ ਪਿੱਛੇ ਜਾ ਕੇ ਬਹਿੰਦਾ ਅਤੇ ਰਿੰਗ ਲੈ ਕੇ ਉਹ ਫਰਾਰ ਹੋ ਜਾਂਦਾ ਹੈ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਦੇ ਉੱਤੇ ਬੈਠਾ ਸ਼ਖਸ ਨਜ਼ਰ ਆ ਰਿਹਾ ਅਤੇ ਜਿਵੇਂ ਹੀ ਇਸਦੇ ਪਿੱਛੇ ਆ ਕੇ ਦੂਸਰਾ ਲੁਟੇਰਾ ਬੈਠਦਾ ਤਾਂ ਉੱਥੋਂ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਬਜ਼ੁਰਗ ਵਿਅਕਤੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕਰਦਾ ਪਰ ਕਿਹਾ ਜਾ ਰਿਹਾ ਕਿ ਉਹ ਫੜ ਨਹੀਂ ਪਾਉਂਦਾ ਅਤੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਲੁੱਟ ਦੀ ਵਾਰਦਾਤ ਸਮਰਾਲਾ ਦੇ ਵਿੱਚ ਵਾਪਰੀ ਹੈ ਦਿਨ ਦਿਹਾੜੇ, ਸਰੇ ਬਾਜ਼ਾਰ ਸ਼ਰੇਆਮ ਬੇਖੌਫ ਹੋ ਕੇ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਾਹਮਣੇ ਪੈਰਾਡਾਈਜ਼ ਵਾਲੇ ਦੇ ਉਹ ਚਾਹ ਲਈ ਪਰਲੀ ਦੁਕਾਨ ਦੇ ਕੋਲ ਜਿਵੇਂ ਘਟਨਾ ਕੀ ਪੂਰਾ ਮਾਮਲਾ ਕਿਵੇਂ ਪੂਰਾ ਮਾਮਲਾ ਤਾਂ ਮੋਟਰਸਾਈਕਲ ਖੜਾ ਲਿਆ, ਸਬਜ਼ੀ ਸੁਬਜ਼ੀ ਲੈਣ ਲੱਗ ਗਏ। ਉਹ ਸਬਜ਼ੀ ਵਾਲੇ ਕੋਈ ਮੈਂ ਉੱਧਰੋਂ ਆਉਂਦਾ ਸੀਗਾ, ਉਹ ਕਈ ਵਾਰੀ ਖੜ ਜਾਂਦਾ, 2 ਬੰਦੇ ਬੈਠੇ ਸੀ, ਮੈਨੂੰ ਕਹਿੰਦੇ ਸੁੰਦਰ ਨੂੰ ਬੁਲਾਈ, ਉਹ ਇੱਥੇ ਹਰੀਜਨ ਮੁਹੱਲੇ ਦੇ, ਉਹ ਕਹਿੰਦਾ ਕਹਿੰਦੀ ਤੁਹਾਡੇ ਪੁਰਾਣੇ ਉੱਧਰ ਜਾ ਰਹਿੰਦੇ ਦੀ ਨਾਲ ਰਹਿੰਦੀ ਆ, ਉਹ ਪੁੱਛਣਾ ਤੁਹਾਡੀ ਉਮਰ ਕਿੰਨੀ ਆ, ਮੈਨੂੰ ਜਾਣ ਦੇ ਗਈ। ਮੈਂ ਕਿਹਾ ਉਮਰ ਤਾਂ ਮੇਰੀ ਨਹੀਂ, ਕਹਿੰਦਾ ਮੈਂ ਤਾਂ ਕਹਿੰਦਾ 10-12 ਸਾਲ ਛੋਟਾ, ਮੈਨੂੰ ਦੇਖਣ 'ਤੇ ਹਟ ਗਿਆ। ਇੱਕ ਨਾਲ ਬੈਠਾ ਸੀ ਉਹ ਵੀ ਉੱਥੇ ਦੇ ਹੀ ਆ, ਉੱਧਰ ਲਈ ਉਹ ਗੱਲਾਂ ਗੁੱਲਾਂ ਕਰਨ ਲੱਗ ਗਏ, ਉਹਨਾਂ ਨੂੰ ਇਹ ਆ ਗਈ। ਕੀ ਕੀਤਾ ਫਿਰ ਤੁਹਾਡੇ ਨਾਲ ਜਦੋਂ ਆਏ ਨੇ? ਆਏ ਤਾਂ ਮੈਨੂੰ ਤਾਂ ਉਹੀ 500 ਨੋਟ ਬਚਾਇਆ, ਸਬਜ਼ੀ ਲੈਣ ਲੱਗ ਗਏ, ਸਬਜ਼ੀ ਉਹਨਾਂ ਨੇ ਬੈਂਗਣੀ ਵੀ ਇੱਥੇ ਛੱਡ ਕੇ ਲੈ ਕੇ ਨਹੀਂ ਗਿਆ। ਤੁਹਾਡੇ ਵਿੱਚ ਤੁਹਾਡੇ ਕੋਲ ਉਸ ਵਕਤ ਤੁਸੀਂ ਉੱਥੇ ਸੀਗੇ, ਤੁਹਾਡਾ ਕੀ ਲੈ ਕੇ ਗਏ? ਮੁੰਦੀ ਕਿੰਨੇ ਤੋਲੇ ਦੀ ਸੀ? ਮੁੰਦੀ ਤਕਰੀਬਨ ਸੀਗੀ ਤੋਲੇ ਦੀ। ਤੋਲੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਮੁੰਦੀ ਲੈਣ ਲਈ? ਕੀ ਕਿਹਾ ਤੁਹਾਨੂੰ? ਉਹ ਬਸ ਲਾ ਲਈ ਜੀ, ਉਹਨਾਂ ਇੱਕ ਨੇ ਉਹ ਲੈਂਦੀ ਨਹੀਂ, ਦੂਏ ਨੇ ਪਤਾ ਨਹੀਂ ਲੱਗਿਆ ਉਸ ਟਾਈਮ ਕੀ ਹੋ ਰਿਹਾ ਉਹਦੇ ਨਾਲ। ਪਤਾ ਤਾਂ ਲੱਗਦਾ ਸੀਗਾ ਪਰ ਮੈਂ ਇੱਧਰ ਨੂੰ ਖਿੱਚਦਾ ਸੀ, ਉਹ ਫਟਾਫਟ ਲਾ ਕੇ ਮੋਟਰਸਾਈਕਲ ਤੇ ਬੈਠੇ। ਕੁਝ ਪਤਾ ਲੱਗ ਕਿੰਨੇ ਜਾਣੇ ਸੀ? ਉਹ ਤੁਹਾਨੂੰ ਸੰਭਾਇਆ ਇਹ ਸੀਗੇ, ਪਤਾ ਨਹੀਂ ਹੋਇਆ, ਚੱਕਰ ਜਿਹਾ ਆਉਂਦਾ ਸੀ ਮਾੜਾ ਜਿਹਾ। ਉਹ ਅਸਲ ਜੀ ਨਾ 2-3 ਤਾਂ ਉਰੇ ਸੀਗੇ, ਉਹ ਇੱਕ ਫੇਰ ਬੈਠਿਆ ਉੱਥੋਂ ਕਿਤੇ ਪਹਿਲੇ ਜਿਹੜਾ ਦਵਾਈਆਂ ਦੀ ਦੁਕਾਨ ਉੱਥੋਂ ਬੈਠਿਆ, ਹੋ ਸਕਦਾ ਇੱਕ ਮੋਟਰਸਾਈਕਲ ਉੱਧਰ ਹੋਰ ਖੜਾ ਹੋਵੇ ਉਹਨਾਂ ਦਾ। ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ? ਰੋਕਣ ਦੀ ਤਾਂ ਪਤਾ ਹੀ ਲੱਗਿਆ ਜੀ, ਫਟਾਫਟ ਮੈਂ ਰੋਕਣ ਮੈਂ ਨੱਠਿਆ ਮਗਰ ਨੱਠੇ ਮੈਂ ਐਂ ਕੀਤਾ ਹੱਥ ਛਿੜਾ ਕੇ, ਉਹ ਤੇਜ਼ ਬਹੁਤ ਹੀ ਮੋਟਰਸਾਈਕਲ ਇੱਕ ਲੱਖ ਬਹੁਤਾ ਤੇਜ਼ ਕਰ। ਮੇਰੇ ਦਾਦਾ ਜੀ ਸਾਹਮਣੇ ਗਏ ਸੀਗੇ ਸਬਜ਼ੀ ਲੈਣ ਅਤੇ ਉੱਥੇ 3 ਕੁ ਮੁੰਡੇ ਆਏ, 3 ਜਾਂ 4 ਸੀਗੇ, ਅਤੇ ਉਹ ਕਹਿੰਦੇ ਵੀ ਪਹਿਲਾਂ ਉਲਝਾ ਲਿਆ ਗੱਲਾਂ 'ਚ, ਪੈਸੇ ਦੇ ਦਿਓ ਵੱਧ ਘੱਟ, ਗੱਲਾਂ 'ਚ ਉਲਝਾ ਕੇ ਉਸ ਤੋਂ ਬਾਅਦ ਕਹਿੰਦੇ ਤੁਹਾਡੀ ਰਿੰਗ ਸੋਨੇ ਦੀ ਹੈ ਕਿ ਡੁਪਲੀਕੇਟ ਹੈ? ਬਾਊ ਜੀ ਕਹਿੰਦੇ ਸੋਨੇ ਦੀ ਹੈ। ਉਹ ਕਹਿੰਦਾ ਤਾਰ ਕੇ ਦਿਖਾਓ, ਪਤਾ ਨਹੀਂ ਕੁਛ ਸੰਘਾਤਾ ਜਾਂ ਕੁਛ ਕੀ ਕੀਤਾ, ਅਤੇ ਬਾਊ ਜੀ ਨੇ ਫਿਰ ਤਾਰਨ ਦੀ ਕੋਸ਼ਿਸ਼ ਕੀਤੀ, ਉਤਰੀ ਨਹੀਂ, ਉਹਨਾਂ ਨੇ ਖਿੱਚ ਕੇ ਤਾਰ ਕੇ ਲੈ ਕੇ ਭੱਜ ਗਏ। ਕਿੰਨੇ ਕੁ ਵਜੇ ਬੁੰਦੀ ਹੋਈ? 1:35 ਦੀ ਗੱਲ ਹੈ ਦੁਪਹਿਰ ਦੀ। ਕਿੰਨੇ ਕੁ ਵਜੇ ਬੁੰਦੀ ਹੋਈ? 1 ਤੋਲੇ ਦੀ। 1 ਤੋਲੇ ਦੀ
ਤੇ ਇੱਕ ਪੈਦ ਦੀ ਗੱਲ ਆ ਤੇ ਉਹਨਾਂ ਨੂੰ ਕਿੰਨੇ ਚਿਰ ਬਾਅਦ ਪਤਾ ਲੱਗਿਆ ਵੀ ਮੇਰੇ ਨਾਲ ਘਟਨਾ ਹੋ ਗਈ ਹੈ? ਉਹ 5 ਮਿੰਟ ਬਾਅਦ ਆ ਕੇ ਮੈਨੂੰ ਦੱਸਿਆ ਫਿਰ ਦਾਦਾ ਜੀ ਨੇ, ਮੈਂ ਦੁਕਾਨ ਤੇ ਬੈਠਾ ਸੀਗਾ, ਬਾਜ਼ਾਰ 'ਚ ਘਟਨਾ ਹੋਈ, ਸਰਿਆਮ ਬਾਜ਼ਾਰ ਦੇ ਵਿੱਚ ਦਿਨ ਦਹਾੜੇ ਜੀ ਰੌਲਾ ਨਹੀਂ ਪਾਇਆ ਸਰ ਇਹਨਾਂ ਨੇ ਰੌਲਾ ਪਾਇਆ, ਪਰ ਜਾਨੂ ਤਾਂ ਉਹ ਭੱਜ ਚੁੱਕੇ ਸੀਗੇ ਜੀ। ਸੀਸੀਟੀਵੀ ਮੈਂ 2 ਕੁ ਦੁਕਾਨਾਂ ਤੇ ਜਾ ਕੇ ਆਇਆ, 2-3 ਦੁਕਾਨਾਂ ਤੇ, ਜਿੰਨੀ ਕੁ ਮੈਨੂੰ ਮਿਲੀ ਹੈ ਮੇਰੇ ਕੋਲ ਹੈਗੀ ਹੈ। ਕੁਛ ਪਤਾ ਕਿਹੜਾ ਮੋਟਰਸਾਈਕਲ ਸੀ, ਕਿਸ ਤਰ੍ਹਾਂ? ਸਪਲੈਂਡਰ ਸੀਗਾ ਸ਼ਾਇਦ। ਕਿੰਨੇ ਜਾਣੇ ਸੀਗੇ? 2 ਮੁੰਡੇ ਇੱਧਰ ਨੂੰ ਗਏ ਨੇ, 2 ਦਾ ਮੋਟਰਸਾਈਕਲ ਸਾਹਮਣੇ ਖੜਾ ਸੀ, ਟੋਟਲ 4 ਦੀ ਸਾਨੂੰ ਹੈਗਾ ਲੱਗਦਾ। ਦਿਨ ਦਿਹਾੜੇ ਲੁੱਟ ਹੁੰਦੀ ਹੈ, ਦਿਨ ਦਿਹਾੜੇ ਲੁੱਟ ਦੇਖਦੇ ਪਏ ਤੁਸੀਂ, ਕੀ ਮੰਗ ਕਰਦੇ? ਬਹੁਤ ਮਾੜਾ ਹਾਲ ਹੈ ਜੀ, ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਵੀ ਸੇਫਟੀ ਨਹੀਂ ਹੈਗੀ, ਬਜ਼ੁਰਗਾਂ ਦੀ, ਬੱਚਿਆਂ ਦਾ ਖਾਸ ਕਰਕੇ ਹੈ ਨਹੀਂ ਕੋਈ ਸੇਫਟੀ। ਹੋਰ ਪੈਸਾ ਤਾਂ ਨਹੀਂ ਖੋਇਆ ਕੋਈ? ਨਹੀਂ, ਪੈਸਾ ਨਹੀਂ ਖੋਇਆ ਕੋਈ। ਇਹ ਘਟਨਾ ਸਾਡੀ ਦੁਕਾਨ 'ਤੇ ਹੀ ਹੈ, ਮੇਰੇ ਤਾਇਆ ਜੀ ਨਾਲ ਹੋਈ ਹੈ, ਮੇਰੇ ਤਾਏ ਦੀ ਸ਼ੌਪ ਹੈ। ਜਿਵੇਂ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਖੂਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਜਾ ਰਿਹਾ ਹੈ, ਜਿਵੇਂ ਦਿਨ ਦਿਹਾੜੇ ਜਿਹੜੀਆਂ ਵਾਰਦਾਤਾਂ, ਕਦੇ ਬਾਲੀਆਂ ਲੈ ਗਏ ਸੀ ਕੁਛ ਦਿਨ ਪਹਿਲਾਂ ਉਤਾਰ ਕੇ ਇੱਕ ਲੇਡੀ ਤੋਂ ਗੁਰੂ ਨਾਨਕ ਰੋਡ 'ਤੇ, ਅਤੇ ਹੁਣ ਸਾਡੇ ਘਰ ਦੇ ਵਿੱਚ ਤਾਇਆ ਜੀ ਦੇ ਸਾਹਮਣੇ ਸਬਜ਼ੀ ਲੈ ਰਹੇ ਸੀ, ਅਤੇ ਲੈਂਦੇ ਲੈਂਦੇ ਤੋਂ 3 ਮੁੰਡੇ ਆਏ, ਜਿਵੇਂ ਉਹਨਾਂ ਦੇ ਕਹਿਣ ਦੇ ਮੁਤਾਬਿਕ 3 ਮੁੰਡੇ ਆਏ, ਅਤੇ ਉਹਨਾਂ ਦੀ ਗੱਲਾਂ ਵਿੱਚ ਪਾ ਕੇ ਉਹਨਾਂ ਦੀ ਜਿਹੜੀ ਰਿੰਗ ਹੈ ਉਹ ਉਤਾਰ ਕੇ ਲੈ ਗਏ। ਸੋ ਇਹਦੇ ਅੱਜ ਤਾਂ ਰਿੰਗ ਲੈ ਕੇ ਗਏ ਨੇ, ਜਾਨ ਮਾਲ ਨੂੰ ਵੀ ਨੁਕਸਾਨ ਹੋ ਸਕਦਾ ਸੀ, ਬਜ਼ੁਰਗ ਬੰਦੇ ਨੇ ਤਕਰੀਬਨ 80 ਸਾਲ ਦੇ ਕਰੀਬ ਇਹਨਾਂ ਦੀ ਜਿਹੜੀ ਉਮਰ ਹੈ। ਸੋ ਜਿਹੜੇ ਮੈਨੂੰ ਸਮਝ ਤੋਂ ਬਾਹਰ ਹੈ ਵੀ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ, ਗੈਂਗਸਟਰਾਂ ਦੇ ਹੌਸਲੇ ਬੁਲੰਦ ਹੋ ਰਹੇ ਨੇ, ਅਤੇ ਸੇਫ ਕੌਣ ਹੈ ਸਾਡੇ ਸਮਾਜ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਇੰਨੀਆਂ ਵਾਰਦਾਤਾਂ ਹੋ ਰਹੀਆਂ ਨੇ, ਇਹਦਾ ਜ਼ਿੰਮੇਵਾਰ ਕੌਣ ਹੈ? ਅਸੀਂ ਤਾਂ ਇਹ ਮੰਗ ਕਰਦੇ ਹਾਂ ਕਿ ਸਖ਼ਤ ਤੋਂ ਸਖ਼ਤ ਇਹਦਾ ਜਿਹੜਾ ਐਕਸ਼ਨ ਲੈਣਾ ਚਾਹੀਦਾ, ਇਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰਸ਼ਾਸਨ ਦੀ ਜਿਹੜੀ ਸਾਨੂੰ ਪ੍ਰਸ਼ਾਸਨ ਨੂੰ ਇਤਲਾਹ ਦੇ ਦਿੱਤੀ ਗਈ ਹੈ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਸਾਡੇ ਨਾਲ ਜਿਹੜਾ ਸਹਿਯੋਗ ਦਊਗਾ, ਅਤੇ ਬਹੁਤ ਹੀ ਜਲਦੀ ਜਿਹੜੇ ਲੁੱਟ ਖੋਹ ਕਰਨ ਵਾਲੇ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਤਲਾਕਾਂ ਪਿੱਛੇ ਜਾਣਗੇ। ਮੁੰਡੀ ਕੋਈ ਨਹੀਂ ਗਈ, ਉਹ ਬਜ਼ੁਰਗ ਨਾ ਸਬਜ਼ੀ ਲੈਣ ਲੱਗਿਆ ਸੀਗਾ, ਉਹ ਦੂਸਰੇ ਬੰਦੇ ਵੀ ਆ ਗਏ ਉੱਥੇ ਸਬਜ਼ੀ ਲੈਣ ਲੱਗ ਗਏ, ਉਹ ਬਜ਼ੁਰਗ ਨੂੰ ਉਹਨਾਂ ਨੇ ਕਿਹਾ, ਕਹਿੰਦਾ ਬਜ਼ੁਰਗਾ ਤੇਰੀ ਮੁੰਡੀ ਬਹੁਤ ਵਧੀਆ, ਉਹਨੂੰ ਦਿਖਾਉਣ ਲੱਗ ਗਿਆ, ਦਿਖਾਉਂਦੇ ਦਿਖਾਉਂਦੇ ਉਹ ਕਹਿੰਦਾ ਉਹਨੇ ਕੱਢ ਕੇ ਫੜਾ ਤੀ, ਉਹ ਲੈ ਕੇ ਤੁਰ ਗਏ। ਕਿੰਨੇ ਕੁ ਬੰਦੇ ਸੀਗੇ? 2 ਬੰਦੇ ਸੀਗੇ ਫਿਲਹਾਲ ਮੋਟਰਸਾਈਕਲ। ਬਜ਼ੁਰਗ ਕਿੰਨੀ ਕੁ ਉਮਰ ਹੈ? ਬਜ਼ੁਰਗ ਦੀ 80 ਕੁ ਸਾਲ ਦੀ ਉਮਰ ਹੈ। ਕੁਛ ਬਜ਼ੁਰਗ ਨੇ ਦੱਸਿਆ ਵੀ ਕੋਈ ਹੋਰ ਕੋਈ ਹਥਿਆਰ ਵਗੈਰਾ? ਨਾ ਨਾ ਨਾ, ਕੁਛ ਨਹੀਂ ਸੀ, ਉਹ ਤਾਂ ਸਬਜ਼ੀ ਵਾਲੇ ਨਾਲ ਮੈਂ ਗੱਲ ਕੀਤੀ ਹੈ, ਸਾਰੀ ਮੌਕੇ ਤੇ ਪਹੁੰਚ ਗਿਆ ਸੀ। ਕਿਤੇ ਉਹ ਕੈਮਰੇ 'ਚ ਆਏ ਨੇ ਬੰਦੇ? ਖਾਸ ਨਾਲ ਦੀ ਦੁਕਾਨ ਦੇ ਕੈਮਰੇ ਦੇ ਵਿੱਚ ਬੰਦੇ ਆਉਂਦੇ ਦਿਖਦੇ ਨੇ, ਬਾਕੀ ਦੁਕਾਨਾਂ ਦੇ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ। ਕੀ ਕਾਰਵਾਈ ਹੋ ਗਈ ਜੇ ਫੜੇ ਜਾਂਦੇ ਨੇ? ਕਾਰਵਾਈ ਵਾਸਤੇ